ਸਟੈਕ ਨੇ ਸੀਰੀਅਸਲੀ ਮੈਂ ਦੇਖ ਲਾ ਬੰਦਾ ਪਿੰਡ 'ਚ ਵੀ ਗੱਲਬਾਤ ਓਕੇ ਆ ਬਾਈ ਜੀ ਬਾਈ ਜੀ ਬਾਈ ਜੀ ਕੈਨੇਡਾ ਦੇ ਵਿੱਚ ਵੀ ਓਕੇ ਰਿਪੋਰਟ ਆ ਬਾਈ ਜੀ ਬਾਈ ਜੀ ਬਾਈ ਜੀ ਉਹ ਵਾਲਾ ਸਿਸਟਮ ਆ ਕਹਿੰਦਾ ਗੈਂਗ ਲਾਈਫ ਕਿੰਨੀ ਔਖੀ ਕੱਲ ਦੇ ਜਵਾਨਾਂ ਨਾਲ ਉਹ ਪਰ ਯਾਰ ਮੂਸ ਟੇਪ ਦਾ ਇੰਟਰੋ ਰਹਿੰਦੀ ਹੈ ਇੰਟਰੋ ਵੀ ਕਰਦੀ ਹੈ ਦੱਸ ਦਿਓ ਜਿਹੜੀ ਮੂਸ ਟੇਪ ਦਾ ਸਕਿੱਟਾਂ ਨੇ ਇੰਟਰੋ ਵੀ ਸਕਿੱਟਾਂ ਵੀ ਨੇ ਇੰਟਰੋ ਵੀ ਨੇ ਉਹ ਕੀਤੀਆਂ ਨਹੀਂ ਗਿਆ ਜੇ ਤੁਸੀਂ ਜਾਂਦੇ ਜਦੋਂ ਕਰ ਦੇਖੜਾ ਹੈ ਕਿਨੇ ਪਿੰਡ ਵਿੱਚ ਵਾਈਟ ਮੁੰਡੇ ਕੈਨੇਡਾ ਬਲੈਕ ਨੇ ਤੋਹਾਂ ਪਾਸੇ ਟੋਕੇ ਆਤੇ ਜੇ ਵਿਜ਼ੂਅਲ ਦਾ ਫਿਰ ਪਤਾ ਹੀ ਆ ਤੁਹਾਨੂੰ ਨਵਕਰਨ ਬਰਾੜੀ ਆ ਸਹੀ ਆ ਸੁਣਦੇ ਆ ਸਵਾਦ ਲੈਣੇ ਆ ਤੇ ਯਾਰ ਕੱਲ ਆਪਾਂ ਬੱਬੂ ਮਾਨ ਦਾ ਗਾਣਾ ਕੀਤਾ ਵਾ ਹਨਾ ਬੜੇ ਜਾਣੇ ਕਮੈਂਟ ਕਰਨ ਲੱਗ ਗਏ ਕਿ ਸਿੱਧੂ ਦੇ ਹੀ ਕਰੋ ਸਿੱਧੂ ਦੇ ਹੀ ਕਰੋ ਹਨਾ ਬੱਬੂ ਮਾਨ ਦਾ ਇੱਦਾਂ ਜਾਂ ਉੱਦਾਂ ਹਨਾ ਕੋਈ ਵੀ ਗੱਲ ਹੈ ਨਾ ਬ੍ਰਦਰ ਇਹ ਆਪਣਾ ਰਿਐਕਸ਼ਨ ਚੈਨਲ ਆ ਆਪਾਂ ਸਾਰਿਆਂ ਦੇ ਗਾਣੇ ਕਰਨੇ ਪੈਣੇ ਆ ਤੇ ਅਸੀਂ ਸਾਰਿਆਂ ਨੂੰ ਹੀ ਸੁਣਦੇ ਹਾਂ ਹਨਾ ਬਿਲਕੁਲ ਹੇਟ ਆ ਕੋਈ ਫਾਇਦਾ ਹੀ ਨਹੀਂ ਗਾ ਆਪਾਂ ਅਸੀਂ ਕਹੀ ਜਾਂਦੇ ਹਾਂ ਕਿ ਹੇਟ ਨਾ ਫੈਲਾਓ ਹਨਾ ਕਿਸੇ ਦੀਆਂ ਲੱਤਾਂ ਨਾ ਖਿੱਚੋ ਅਸੀਂ ਆਪ ਉਹ ਚੀਜ਼ ਕਰੀਏ ਤਾਂ ਸਵਾਦ ਨਹੀਂ ਆਉਂਦਾ ਹਨਾ ਪਿਆਰ ਬਣਾਈ ਰੱਖੋ ਤੁਹਾਡਾ ਆਪਦਾ ਚੈਨਲ ਆ ਜਿਵੇਂ ਜਿਵੇਂ ਤੁਸੀਂ ਕਹੀ ਜਾਓਗੇ ਆਪਾਂ ਉਵੇਂ ਉਵੇਂ ਗਾਣੇ ਦਈ ਜਾਵਾਂਗੇ ਤੇ ਗਾ ਡੈਂ ਵਾਲਾ ਕੰਮ ਖਿੱਚੀ ਰੱਖਾਂਗੇ ਚੱਬ ਕੱਢੀ ਰੱਖਾਂਗੇ ਵੱਧਦੇ ਹਾਂ ਵੀਡੀਓ ਵੱਲ ਸਟੇ ਟਿਊਨ ਕਰਦੇ ਸ਼ੁਰੂ ਲੈਟਸ ਸੀ ਨਾ ਸਟ੍ਰੀਟ ਕੋਡ ਮਾਫੀਆ ਦੇ ਟੰਗ ਚੇਂਜ ਹੁੰਦੇ ਨੇ ਜਗ੍ਹਾ ਦੇ ਹਿਸਾਬ ਨਾਲ ਰੰਗ ਚੇਂਜ ਹੁੰਦੇ ਜੀ ਹੁੱਡ ਬੰਦੇ ਨਾ ਸਟੈਂਡ ਚੇਂਜ ਕਰਦੇ ਵਿੱਚ ਐਸ ਪੰਕ ਤੇ ਮਲੰਗ ਚੇਂਜ ਹੁੰਦੇ ਹਰ ਥਾਂ ਤੇ ਮਸਲੇ ਆ ਡਿੱਗੀਆਂ ਚ ਅਸ ਲੈ ਆ ਨਿਪਸੀ ਦੇ ਕਹਿਣ ਵਾਂਗੂ ਮਿਡਲਾਂ ਚ ਰਹਿਦੇ ਪਿੰਡ ਵਿੱਚ ਵਾਈਟ ਮੁੰਡੇ ਕੈਂਡਾ ਬਲੈਕ ਨੇ ਦੋਹਾਂ ਪਾਸੇ ਠੁੱਕਿਆ ਤੇ ਜੇਬਾਂ ਚ ਸਟੈਕ ਨੇ ਪਿੰਡ ਵਿੱਚ ਵਾਈਟ ਮੁੰਡੇ ਕਹਿੰਦਾ ਬਲੈਕ ਨੇ ਦੋਹਾਂ ਪਾਸੇ ਠੁੱਕਿਆ ਤੇ ਜੇਬਾਂ ਚ ਸਟੈਕ ਨੇ ਚੱਲਦੀ ਪਈ ਆ ਕਿਆ ਬੀਟ ਜਿਵੇਂ ਰੁਕ ਕੇ ਇੱਕੋ ਦਮ ਡਿੰਗ ਵੱਜ ਕੇ ਬੇਸ ਹਨਾ ਵਜਾ ਹੀ ਆ ਮਿਊਜ਼ਿਕ ਵਿਜ਼ੂਅਲ ਐਡਾ ਘੈਂਟ ਬਣਾਇਆ ਐਡਾ ਘੈਂਟ ਬਣਾਇਆ ਹੋਇਆ ਨਵਕਰਨ ਬਰਾੜ ਬਾਈ ਸਲਿਊਟ ਆ ਯਾਰ ਵਿਜ਼ੂਅਲ ਆਲਵੇਜ਼ ਹੀ ਬਹੁਤ ਘੈਂਟ ਬਣਾਉਂਦਾ ਬਾਈ ਹਨਾ ਗਾਣਾ ਚਿਰ ਬਾਅਦ ਸੁਣਾ ਕਿੱਡਾ ਸਵਾਦ ਆ ਰਿਹਾ ਗਾਣੇ ਦੇ ਲਿਰਿਕਸ ਸੀਰੀਅਸਲੀ ਮੈਨ ਘੈਂਟ ਚੀਜ਼ ਆ ਘੈਂਟ ਪੂਰੀ ਇੱਕਦਮ ਸਵਾਦ ਵਾਲਾ ਕੰਮ ਆ ਪਿੰਡ ਵਿੱਚ ਵਾਈਟ ਮੁੰਡੇ ਕੈਨੇਡਾ ਬਲੈਕ ਨੇ ਵਾਹ ਯਾਰ ਨਿਪਸੀ ਦੇ ਕਹਿਣ ਵਾਂਗੂ ਮਿਡਲਾਂ ਚ ਰਹਿਣ ਚਿੱਟੀ ਉੱਥੇ ਕਾਲੀ ਜੀ ਬੈਗ ਨੀ ਗਲ ਵਿੱਚ ਉਹੀ ਪਰ ਬੈਰੀ ਵਾਲਾ ਬੈਗ ਨੀ ਹੁਣ ਤੱਕ ਹਰ ਪਾਸੇ ਝੰਡੀ ਰਹੀ ਜੱਟਾਂ ਦੀ ਅੰਡ ਫਿਟੜ ਦਾ ਸਿਰ ਤੇ ਆ ਟੈਗ ਨੀ ਰਾਟ ਪੈਂਦਾ ਘੈਂਟ 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 ਗੱਲਬਾਤ ਇੰਡੀਆ ਦੇ ਵਿੱਚ ਲੈਂਡ ਕਰੂਜ਼ਰ ਆ ਤੇ ਬਾਹਰ ਆਈ ਆ ਜੀ ਵੈਗਨ ਠੀਕ ਆ ਉਹੀ ਕਹਿੰਦਾ ਸਟਾਈਲ ਗਲਾਂ 'ਚ ਬਰਬਰੀ ਬੈਗ ਸੇਮ ਉਹੀ ਬੈਗ ਆ ਬਰਬਰੀ 'ਚ ਉਹੀ ਜਿਹੜਾ ਸਮਾਨ ਇੱਧਰ ਆ ਬੈਗ ਦੇ ਵਿੱਚ ਉਹੀ ਉੱਧਰ ਆ ਜਿਵੇਂ ਕਹਿੰਦਾ ਨਾ ਬਰਬੇਰੀ ਵਾਲੇ ਬੈਗ ਵਿੱਚ ਰੌਂਦ ਹੁੰਦੇ ਨੇ ਉਹੀ ਸਿਸਟਮ ਆ ਸਾਰਾ ਕੁਛ ਉਵੇਂ ਰੱਖਿਆ ਹੋਇਆ ਉਹੀ ਚੀਜ਼ ਪਾ ਕੇ ਘੁੰਮਦੇ ਆ ਗੱਲਬਾਤ ਮਤਲਬ ਕਿ ਸੇਮ ਆ ਚਾਹੇ ਪਿੰਡ 'ਚ ਆ ਚਾਹੇ ਕੈਨੇਡਾ ਸਾਡਾ ਹਿਸਾਬ ਦਾ ਰਹਿਣ ਸਹਿਣ ਸੇਮ ਆ ਅਸੀਂ ਚੇਂਜ ਨਹੀਂ ਹੁੰਦੇ ਹੜਿਕਾਂ ਤੇ ਵੀਜ਼ੇ ਲਾਉਂਦੇ ਨਾਰਿਕਾਂ ਦੇ ਤਰਸ ਕਿਸੇ ਤੇ ਨਹੀਂ ਉਹ ਜਮਾ ਖੱਲਣਾ ਕਿਨੇ ਪਿੰਡ ਵਿੱਚ ਵਾਈਟ ਮੁੰਡੇ ਕੈਨੇਡਾ ਬਲੈਕ ਨੇ ਦੋਹਾਂ ਪਾਸੇ ਠੁੱਕਿਆ ਤੇ ਜੇਬਾਂ 'ਚ ਸਟੈਕ ਨੇ ਪਿੰਡ ਵਿੱਚ ਵਾਈਟ ਮੁੰਡੇ ਪਿੰਡ ਵਿੱਚ ਵਾਈਟ ਮੁੰਡੇ ਪਿੰਡ ਵਿੱਚ ਵਾਈਟ ਮੁੰਡੇ ਕੁੜਤੇ ਪਜਾਮੇ ਚਿੱਟੇ ਉੱਥੇ ਕਾਲੇ ਸੂਟ ਨੇ ਲਾਈਫ ਸਟਾਈਲ ਸਾਡਾ ਚਾਹੁੰਦੇ ਕਈ ਜੀ ਊਟ ਨੇ ਕਈ ਸਾਡੇ ਜਿਹੇ ਬੈਠੇ ਹਾਊਸ ਅਰੈਸਟਾਂ ਤੇ ਕਈ ਸਾਡੇ ਜਿਹਾਂ ਉੱਤੇ ਆਊਟਰ ਟੂ ਸ਼ੂਟ ਨੇ ਪੈਸਾ ਨੋ ਕੇ ਘੈਂਟ ਗੱਲਬਾਤ ਯਾਰ ਘੈਂਟ ਗੱਲਬਾਤ ਸਰਾਗ ਨਾ ਕਈ ਸਾਡੇ ਜਿਹੇ ਬੈਠੇ ਹਾਊਸ ਅਰੈਸਟਾਂ ਤੇ
बड़िया चीजा हुंदिया ने जदों बंदा बाहरों इंडिया आउंदा वा ठीक है उदों ज्यादा प्रेफर बंदा कुर्ते पजामे नूं करदा है ना भी कुर्ता पजामा एक कंफर्टेबल हुंदा वा बंदा कहिंदा यार ये चीज दे विच कंफर्टेबल ना ना कोई बाला झंझड़ झमेला वा ठीक है ना कुछ होर कुर्ता पजामा पाया नाल जुत्ती पाई ठीक है ओके रिपोर्ट जचना जचना ही है बई जिहड़े मर्जी कलर दा पा लईए ठीक है जिद्दां दा मर्जी पा लईए कुर्ता पजामा जचना ही आ ते रही गल ट्रैक सूट दी एस कंपेयर ट्रैक सूट सेम ही आ ना गल कि ट्रैक सूट चक्या भाई पाया कोई वह नहीं चक्कर के हाँ नाल शूज केड़े पाने पैने शर्ट केड़ी चकनी पैनी है ना ट्रैक सूट आ सेम उही चीज आ पा के अपना बंदा गेड़ी दिंदा उही हिसाब ताब इन्होंने दस्या सिद्धू ने गाने दे पैच सही है चीज बड़ी घैंट आ ये जेड़ी चीज कहंदा उह सच आ ओबवियसली जेड़ी चीज गाने च लिखी आ असल चलदा भी उवें ही आ चलदा भी उवें ही आ हवा दे विच नहीं गाने लिख दिंदा भी सिर्फ उदा ही सिर्फ गाने आ भी ओ चीज है नहीं ए चीज जो आप करदा वा एदे ते जो हैगी आ ओ चीज लिखदा ते ओ चीज दिंदा ते बिना फिल्टर लाए ओ चीज जदों सुनदे आ ना स्वाद आ जांदा उस्ताद जी सिरा लग जांदा कम पजामे चिट्टे उत्थे काले सूट ने लाइफ स्टाइल साडा चाहुंदे कई जी ऊट ने कई साडे जेहे बैठे हाउस अरेस्टां ते कई साडे जेहा उत्ते आउटर टू शूट ने पैसा नो के पियानी औखी गैंग लाइफ एनी इना नु की पता साले कल दे जवैक ने पिंड विच वाइट मुंडे कैनेडा ब्लैक ने तुहां पासे ठुकिया ते जेबां च स्टैक ने पिंड विच वाइट मुंडे पिंड विच वाइट मुंडे पिंड विच वाइट मुंडे ਪਿੰਡ ਵਿੱਚ ਵਾਈਟ ਮੁੰਡੇ ਕੈਨੇਡਾ ਬਲੈਕ ਨੇ ਦੋਹਾਂ ਪਾਸੇ ਠੁੱਕ ਪੂਰੀ ਕਹਿੰਦਾ ਜੇਬਾਂ 'ਚ ਸਟੈਕ ਨੇ ਸੀਰੀਅਸਲੀ ਮੈਂ ਦੇਖ ਲਾ ਬੰਦਾ ਪਿੰਡ 'ਚ ਵੀ ਗੱਲਬਾਤ ਓਕੇ ਆ ਬਾਈ ਜੀ ਬਾਈ ਜੀ ਬਾਈ ਜੀ ਕੈਨੇਡਾ ਦੇ ਵਿੱਚ ਵੀ ਓਕੇ ਰਿਪੋਰਟ ਆ ਬਾਈ ਜੀ ਬਾਈ ਜੀ ਬਾਈ ਜੀ ਉਹ ਵਾਲਾ ਸਿਸਟਮ ਆ ਕਹਿੰਦਾ ਗੈਂਗ ਲਾਈਫ ਕਿੰਨੀ ਔਖੀ ਕੱਲ ਦੇ ਜਵਾਕਾਂ ਨੂੰ ਵੀ ਪਤਾ ਕਹਿੰਦਾ ਕੱਲ ਦੇ ਜਵਾਕਾਂ ਨੂੰ ਪਤਾ ਕਹਿੰਦਾ ਕਈ ਹਾਊਸ ਅਰੈਸਟ ਦੇ ਵਿੱਚ ਕਈਆਂ ਨੂੰ ਸ਼ੂਟ ਦਾ ਆਰਡਰ ਮਿਲਿਆ ਹੋਇਆ ਕਿ ਜਿੱਥੇ ਮਿਲੇ ਸ਼ੂਟ ਆਰਡਰ ਵਾਲਾ ਕੰਮ ਸੀਰੀਅਸਲੀ ਮੈਂ ਸਿਰਾ ਗਾਣਿਆਂ ਦੇ ਵਿੱਚ ਹੀ ਪੂਰੀ ਇੱਕ ਤਰ੍ਹਾਂ ਦੀ ਫਿਲਮ ਦਿਖਾ ਦਿੰਦਾ ਬੰਦਾ ਕਿ ਆਹ ਸਟੋਰੀ ਆ ਫਿਲਮ ਦੀ ਠੀਕ ਆ ਆਹ ਚੱਕੋ ਕਰੋ ਇੰਜੋਏ ਉਹ ਸਿਸਟਮ ਆ ਆਓ ਬੰਦੇ ਜਾ ਪਰੋਸਾ ਜੀਤੇ ਵਿਪ ਨਾਲ ਚੂਜ਼ੀ ਹੈ ਇੱਥੇ 45 ਦਾ ਤੇ ਉੱਥੇ ਹੁੰਦੀ ਊਜ਼ੀ ਹੈ ਬੱਚੇ ਛੋਟ ਜੀਦੇ ਸਿਰ ਵਾਈਵ ਨਹੀਂ ਉਹ ਕਰਦੇ ਨਹੀਂ ਰੱਬ ਵੱਲੋਂ ਹੀ ਵੱਡੀ ਹੋਈ ਗੱਲ ਉਹ ਦੂਜੀ ਹੈ ਐਕਸਟੈਂਡਡ ਮੈਗ ਕਿਆ ਲਿਰਿਕਸ ਆ ਯਾਰ ਗਾਡ ਡੈਮ ਬ੍ਰੋ ਕਹਿੰਦਾ ਇੱਥੇ 45 ਹੈ ਤੇ ਉੱਤੇ ਯੂਜ਼ੀ ਹੈ ਮੈਨ ਕਹਿੰਦਾ ਉਦਾਂ ਦਾ ਹੀ ਠੋਕ ਦਿੰਨੇ ਆ ਲੰਘ ਜਾਂਦੇ ਆ ਜੇ ਬਚ ਗਿਆ ਰੱਬ ਵੱਲੋਂ ਉਹਦੀ ਵਧੀ ਹੋਈ ਆ ਤਾਂ ਉਹ ਗੱਲ ਦੂਜੀ ਗੱਲਬਾਤ ਆ ਉਹ ਉਹਦੇ ਤੇ ਆ ਗੱਲਬਾਤ ਕਿਆ ਲਿਖਦਾ ਯਾਰ ਸੀਰੀਅਸਲੀ ਮੈਂ ਲਿਰਿਕਸ ਸੁਣਦੇ ਆ ਦੁਬਾਰਾ ਜਿੱਥੇ ਵਿਪ ਨਾਲ ਚੂਜ਼ੀ ਹੈ ਇੱਥੇ 45 ਦਾ ਤੇ ਉੱਥੇ ਹੁੰਦੀ ਊਜ਼ੀ ਹੈ ਬੱਚੇ ਛੋਟ ਜੀਦੇ ਸਿਰ ਵਾਈਵ ਨਹੀਂ ਉਹ ਕਰਦੇ ਨਹੀਂ ਰੱਬ ਵੱਲੋਂ ਹੀ ਵੱਡੀ ਹੋਈ ਗੱਲ ਉਹ ਦੂਜੀ ਹੈ ਐਕਸਟੈਂਡਡ ਮੈਗ ਬਿੱਲੋ ਪੌਦੇ ਬੋੜੀ ਬੈਗ ਬਿੱਲੋ ਸੁੱਕੇ ਨਹੀਂ ਉਹ ਜਾਂਦੇ ਜਦੋਂ ਕਰਦੇ ਖੜੈਕ ਨੇ ਪਿੰਡ ਵਿੱਚ ਵਾਈਟ ਮੁੰਡੇ ਕੈਨੇਡਾ ਬਲੈਕ ਨੇ ਦੋਹਾਂ ਪਾਸੇ ਠੁੱਕਿਆ ਤੇ ਜੇਬਾਂ 'ਚ ਸਟੈਕ ਨੇ ਪਿੰਡ ਵਿੱਚ ਕੈਂਟ ਗੱਲਬਾਤ ਕੈਂਟ ਗੱਲਬਾਤ ਯਾਰ ਕਿੱਡਾ ਸੋਹਣਾ ਚੱਲਦਾ ਪਿਆ ਮਿਊਜ਼ਿਕ ਵਾਲਾ ਚਿੱਬ ਲਿਰਿਕਸ ਤੂੰ ਚੈੱਕ ਕਰ ਬੰਦੇ ਲਿਰਿਕਸ ਲੈਵਲ ਤਾਂ ਐਕਸਟੈਂਡਡ ਮੈਗ ਲੱਗੇ ਹੋਏ ਆ ਕਹਿੰਦਾ ਜਦੋਂ ਚੱਲਦਾ ਖੜਾਕ ਦੀ ਆਵਾਜ਼ ਆਉਂਦੀ ਹੈ ਨਾ ਕਹਿੰਦਾ ਉਹ ਚਿੱਬ ਕੱਢ ਦਿੰਦਾ ਕੰਮ ਉਸਤਾਦ ਕਿਆ ਟੈਟੂ ਚ ਵੀ ਊਜ਼ੀਆਂ ਬਣਵਾਈਆਂ ਨਾ ਊਜ਼ੀਆਂ ਬਣਵਾਈਆਂ ਵਾ ਟੈਟੂ ਬੜਾ ਘੈਂਟ ਬਣਵਾਇਆ ਸਹੀ ਗੱਲ ਬੰਦੇ ਦਾ ਦਿਮਾਗ ਇਹਦਾ ਆਈਡੀਆ ਸੀ ਜਿਹੜੇ ਇਹਦੇ ਕੋਲੇ ਆ ਨਾ ਬੰਦੇ ਦੇ ਸੀਰੀਅਸਲੀ ਉਹ ਸਿੱਧੂ ਦੇ ਦਿਮਾਗ ਦੇ ਵਿੱਚ ਹੀ ਆ ਗੱਲ ਲਿਰਿਕਸ ਤਾਂ ਲਿਰਿਕਸ ਟੈਟੂ ਤੱਕ ਦਾ ਆਈਡੀਆ ਬਾਈ ਟੈਟੂ ਜਾਵਰ ਰੱਖਦਾ ਡੈਮ ਸ਼ੋਰ ਕੇ ਬੰਦੇ ਨੇ ਆਪ ਡਿਜ਼ਾਈਨ ਕੀਤਾ ਓਬਵੀਅਸਲੀ ਸਾਰਿਆਂ ਨੂੰ ਹੀ ਪਤਾ ਇਹ ਚੀਜ਼ ਦਾ ਵਾਈਟ ਮੁੰਡੇ ਪਿੰਡ ਵਿੱਚ ਵਾਈਟ ਮੁੰਡੇ ਪਿੰਡ ਵਿੱਚ ਵਾਈਟ ਮੁੰਡੇ ਆਹ ਮਰਦੇ ਆ ਸਾਰੇ ਇੱਥੇ ਸਾਰੇ ਹੀ ਜਿਉਂਦੇ ਨੇ ਮਰਦ ਦਲੇਰ ਲੇਖ ਵੱਖਰੇ ਲਖਾਉਂਦੇ ਨੇ ਬਲੈਕ ਐਂਡ ਵਾਈਟ ਲਾਈਫ ਗੱਲ ਅੱਜ ਕੱਲ ਦੀ ਨਾ ਅਸੀਂ ਤੋਂ ਹੀ ਸਰੀ ਚੁੱਪੜਾ ਕੇ ਪੈਂਦੇ ਆਉਂਦੇ ਨੇ ਲਿਖਦਾ ਏ ਸੱਚ ਬਿੱਲੋ ਮੂੰ
ਸਿਆਲਾ ਯੱਡ ਬਿੱਲੋ। ਇਹ ਗੱਲ ਸੱਚ ਆ ਜਿਹੜੀ ਇਹਨੇ ਕਹੀ ਹੈ ਨਾ ਕਿ ਬਲੈਕ ਐਂਡ ਵਾਈਟ ਲਾਈਫ ਆ ਜਿਹੜੀ, ਇੱਦਾਂ ਕਰਕੇ ਵੀ ਈਜ਼ੀ ਨਹੀਂ ਹੈਗੀ ਇਹ, ਵੀ ਬੰਦੇ ਸੋਚ ਲੈਂਦੇ ਆ ਕਿ ਹਾਂ ਗੈਂਗਸਟਰ ਲਾਈਫ ਜੀ ਬਹੁਤ ਅੱਗ ਲਾਈਫ ਹੈ ਨਾ, ਮਤਲਬ ਅੰਤ ਤਾਂ ਪਤਾ ਹੀ ਹੈ ਇਸ ਚੀਜ਼ ਦਾ ਕੀ ਆ ਨਾ ਉਸ ਚੀਜ਼। ਤੇ ਜਿਹੜੀ ਇਹਨੇ ਇਹ ਗੱਲ ਕਹੀ ਆ ਵੀ 80 ਤੋਂ ਹੀ ਪੜਾਕੇ ਪੈਂਦੇ ਆਉਂਦੇ ਨੇ ਸਰੀ, ਕਹਿੰਦਾ ਬਲੈਕ ਐਂਡ ਲਾਈਫ ਅੱਜ ਦੀ ਨਹੀਂ ਹੈਗੀ, ਕਹਿੰਦਾ ਇਹ 80 ਤੋਂ ਕਹਿੰਦਾ ਸਰੀ ਚ ਪੜਾਕੇ ਪੈਂਦੇ ਆਉਂਦੇ। ਇੱਕ ਪੰਜਾਬੀ ਬੰਦਾ ਸੀਗਾ ਸਰੀ ਦੇ ਵਿੱਚ, ਤੁਸੀਂ ਚੈੱਕ ਕਰ ਲਿਓ, ਮੈਨੂੰ ਨਾਂ ਨਹੀਂ ਯਾਦ ਆ ਰਿਹਾ ਕੀ ਆ, ਜੇ ਨਾਮ ਯਾਦ ਆ ਗਿਆ ਤਾਂ ਮੈਂ ਇੱਥੇ ਮੈਂਸ਼ਨ ਕਰ ਦੂੰਗਾ, ਚੈੱਕ ਕਰ ਲਿਓ ਠੀਕ ਆ। ਸਰੀ ਦਾ ਬੰਦਾ ਸੀ ਪੰਜਾਬੀ ਸੀਗਾ, ਉਹ ਬੰਦੇ ਨੇ ਪੜਾਕੇ ਪਾਏ ਹੋਏ ਸੀ ਸਰੀ ਦੇ ਵਿੱਚ। ਵੈਸੇ ਤਕਰੀਬਨ ਕਾਫੀ ਜਣਿਆਂ ਨੂੰ ਪਤਾ ਵੀ ਹੋਣਾ ਵਾ, ਕਮੈਂਟ ਡਰੋਪ ਕਰ ਦਿਓ ਹੈ ਨਾ। ਤੇ ਉਹ 80 ਦੇ ਟਾਈਮ ਦੀਆਂ ਗੱਲਾਂ ਦੇਖ ਲਓ ਕਰਦਾ ਪਿਆ ਬੰਦਾ, ਵਿੱਚ ਟੂਲ ਵੀ ਨੇ ਹੱਥਾਂ 'ਚ ਜੇ ਮੈਕ ਨੇ, ਡੱਬ ਵਿੱਚ ਟੂਲ ਨੇ ਤੇ ਹੱਥਾਂ 'ਚ ਜੇ ਮੈਕ ਨੇ। ਬਲੈਕ ਐਂਡ ਵਾਈਟ ਲਾਈਫ ਗੱਲ ਅੱਜ ਕੱਲ ਦੀ ਨਾ, 80 ਤੋਂ ਹੀ ਸਰੀ ਚੁੱਪੜਾ ਕੇ ਪੈਂਦੇ ਆਉਂਦੇ ਨੇ, ਲਿਖਦਾ ਏ ਸੱਚ ਬਿੱਲੋ ਮੂਸੇਆਲਾ ਯੱਡ ਬਿੱਲੋ। ਡੱਬ ਵਿੱਚ ਟੂਲ ਵੀ ਨੇ ਹੱਥਾਂ 'ਚ ਜੇ ਮੈਕ ਨੇ, ਡੱਬ ਵਿੱਚ ਵਾਈਟ ਮੁੰਡੇ ਕੈਨੇਡਾ ਬਲੈਕ ਨੇ, ਦੋਹਾਂ ਪਾਸੇ ਠੁੱਕਿਆ ਤੇ ਜੇਬਾਂ 'ਚ ਸਟੈਕ। ਸੀਰੀਅਸਲੀ ਮੈਨ, ਕਿੱਡੀ ਘੈਂਟ ਗੱਲਬਾਤ ਆ ਕਿ ਇਹ ਨਾ ਸੋਚੋ ਮੈਂ ਇਕੱਲਾ ਸਿੰਗਰ ਹਾਂ ਵੀ ਇਕੱਲੇ ਗਾਣੇ ਗਾਉਂਦਾ, ਇਹ ਚੱਕਰ ਨਹੀਂ। ਜੇ ਹੱਥਾਂ 'ਚ ਮੈਕ ਆ ਤੇ ਡੱਬ ਦੇ ਵਿੱਚ ਸਮਾਨ ਵੀ ਲੱਗਿਆ ਹੋਇਆ ਵਾ, ਠੀਕ ਆ, ਟੂਲ ਵੀ ਆ, ਉਹ ਵਾਲਾ ਸਿਸਟਮ। ਟੂਲ ਇਹਦਾ ਯਾਰ ਹੈ ਵੀ ਘੈਂਟ ਆ, ਐਡਾ ਵੱਡਾ ਐਕਸਟੈਂਡਡ ਮੈਕ ਲੱਗਿਆ ਹੋਇਆ, ਗੋਲਡ ਪਲੇਟਡ ਕਰਾਇਆ ਹੋਇਆ ਹੈ ਨਾ, ਉਹ ਵੀ ਅਲੱਗ ਹੀ ਬਣਾਇਆ ਹੋਇਆ। ਸੀਰੀਅਸਲੀ ਮੈਨ, ਬੰਦਾ ਨੌਲੇਜ ਦਿੰਦਾ ਅਸਲੇ ਦੀ ਕਿਵੇਂ ਕਿਵੇਂ ਆ ਨਾ। ਚਲੋ ਸਹੀ ਆ ਯਾਰ, ਹਰ ਇੱਕ ਦੀ ਆਪਣੀ ਆਪਣੀ ਥਿੰਕਿੰਗ ਆ, ਸੋਚਣੀ ਆ ਨਾ, ਵੀ ਸਹੀ ਵੀ ਆ ਵੈਪਨ ਚੀਜ਼, ਗਲਤ ਵੀ ਆ ਵੈਪਨ ਚੀਜ਼। ਉਹ ਗੱਲ ਜਿਵੇਂ ਕਹਿੰਦਾ ਹੁੰਦਾ ਕਿ ਜੇ ਦਿਮਾਗ ਦੇ ਆ ਵੀ ਕਿਹੜੇ ਹੱਥ ਦੇ ਵਿੱਚ ਆ, ਜੇ ਗਲਤ ਦਿਮਾਗ ਦੇ ਹੱਥ ਵਿੱਚ ਆ ਗਲਤ ਯੂਜ਼ ਆ, ਸਹੀ ਹੱਥ ਤਾਂ ਸਹੀ ਯੂਜ਼ ਆ ਨਾ। ਵੀ ਆਪਣੀ ਸੇਫਟੀ ਲਈ ਜਾਂ ਕੁਛ ਹੈ ਨਾ, ਪਰ ਠੀਕ ਆ ਆਪਾਂ ਨਾ ਯਾਰ ਇਹ ਚੀਜ਼ ਆਪਣੇ ਕੋਲ ਹੈਗੀ ਆ, ਨਾ ਆਪਾਂ ਇਸ ਚੀਜ਼ ਬਾਰੇ ਕੋਈ ਜਾਣਕਾਰੀ ਦੇ ਸਕਦੇ ਹਾਂ, ਨਾ ਅਸੀਂ ਪ੍ਰਮੋਟ ਕਰ ਸਕਦੇ ਹਾਂ ਨਾ। ਪਰ ਗਾਣਾ ਇੰਟਰਟੇਨਮੈਂਟ ਦਾ ਸੋਰਸ ਆ, ਇੰਟਰਟੇਨਮੈਂਟ ਤੱਕ ਰੱਖੋ ਤੇ ਇੰਟਰਟੇਨਮੈਂਟ ਤੱਕ ਹੀ ਲਓ ਗਾਣੇ ਨੂੰ, ਠੀਕ ਆ। ਗਾਣੇ ਦਾ ਮਿਊਜ਼ਿਕ ਇੰਜੋਏ ਕਰੋ, ਲਿਰਿਕਸ ਘੈਂਟ ਆ, ਬੰਦੇ ਨੇ ਆਪਣੀ ਲਾਈਫ ਦੱਸੀ ਆ ਨਾ ਵੀ ਮੈਂ ਕਿੱਦਾਂ ਕਿੱਦਾਂ ਕਿਵੇਂ ਆ, ਸਹੀ ਆ। ਵੀ ਇਹ ਨਾ ਸਮਝੋ ਇਕੱਲਾ ਮੈਂ ਗਾਣੇ ਹੀ ਗਾਉਂਦਾ ਵਾ ਜਾਂ ਕੁਛ ਹੈ ਨਾ, ਟੂ ਪਾਕਲਾ ਸਿਸਟਮ ਹੀ ਕਿਹਾ ਜਮਾਂ, ਜਿਵੇਂ ਉਹ ਗਲਤੀ ਗੱਲ, ਉਹ ਵੀ ਸਟੂਡੀਓ ਦੇ ਵਿੱਚ ਗਾਉਂਦਾ ਹੁੰਦਾ, ਉਹਦੇ ਕੋਲ ਵੀ ਉਹ ਫੜਿਆ ਹੀ ਹੁੰਦਾ ਸੀ ਗਲੋਬ ਜਿਹਾ ਉਹਦਾ ਰੱਖਿਆ ਹੁੰਦਾ ਉਹ ਸਿਸਟਮ। ਬੜੀਆਂ ਵੀਡੀਓ ਪਈਆਂ ਨੇ ਟੂ ਪਾਕ ਦੀਆਂ, ਚੈੱਕ ਕਰ ਲਿਓ ਯੂਟਿਊਬ ਦੇ ਉੱਤੇ, ਉਹ ਸਟੂਡੀਓ ਜਿੱਦਾਂ ਗਾਣੇ ਗਾਉਂਦਾ ਹੁੰਦਾ, ਰੈਕਰਡ ਕਰਾਉਂਦਾ ਹੁੰਦਾ ਆਪਣੇ ਗਾਣੇ, ਇੱਦਾਂ ਹੀ ਬੈਠੇ ਹੁੰਦੇ ਯਾਰ ਦੋ, ਜਿਵੇਂ ਸਿੱਧੂ ਬੈਠਾ ਹੁੰਦਾ, ਇੱਦਾਂ ਹੀ ਸਿਸਟਮ ਚੱਲਦਾ ਹੈ। ਲਾਈਫ ਸਟਾਈਲ ਵੀ ਸੇਮ ਆ ਉਦਾਂ ਦਾ ਹੀ ਹੈ ਨਾ, ਤੇ ਲਿਖਤ ਵੀ ਉਹਦੇ ਗਾਣੇ ਜਿਸ ਟਾਈਪ ਦੇ ਸੀ, ਉਹ ਟਾਈਟਲ ਵੀ ਉਹਦੇ ਗਾਣੇ ਵਰਗੀ ਆ, ਦੇਖ ਲੈ ਇਹਦੇ ਸਾਰੇ। ਵਾਈਟ ਮੁੰਡੇ ਪਿੰਡ ਵਿੱਚ, ਵਾਈਟ ਮੁੰਡੇ ਪਿੰਡ ਵਿੱਚ, ਵਾਈਟ ਮੁੰਡੇ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਨੇ ਕੈਨੇਡਾ ਵਿੱਚ ਆ ਕੇ ਆਉਣ ਤੱਕ ਮਿਹਨਤ ਸਦਕਾ ਬੁਲੰਦੀਆਂ ਨੂੰ ਛੂਹਿਆ ਹੈ, ਪਰ ਅਸੀਂ ਗੈਂਗ ਗਤੀਵਿਧੀਆਂ ਵਿੱਚ ਵੀ ਪਿੱਛੇ ਨਹੀਂ ਰਹੇ। ਲੋਅਰ ਮੇਨਲੈਂਡ ਵਿੱਚ ਚੱਲ ਰਹੀ ਮੌਜੂਦਾ ਗੈਂਗਵਾਰ ਹੁਣ ਗਰੇਵਾਲ, ਕੰਗ, ਧਾਲੀਵਾਲ, ਸਿੱਧੂ ਅਤੇ ਸੰਧੂਆ ਵਿਚਕਾਰ ਚੱਲ ਰਹੀ ਹੈ। ਉੱਥੇ ਗੈਂਗਵਾਰ ਚੱਲਦੀ ਸੀ ਕੈਨੇਡਾ, ਮੋਸਟੇ ਬੇਬੀ ਸੇਰਾ, ਮੋਸਟੇ 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 ਬੇਬੀ ਮੋਸਟੇ ਹੋ ਗਈ ਡਨ। ਅੰਗਰੇਜ਼ੀ ਪਰ ਯਾਰ ਮੂਸਟੇਪ ਦਾ ਇੰਟਰੋ ਰਹਿੰਦੀ ਹੈ, ਇੰਟਰੋ ਵੀ ਕਰਦੀ ਹੈ, ਦੱਸ ਦਿਓ ਜਿਹੜੀ ਸਕਿੱਟਾਂ ਵੀ ਨੇ, ਇੰਟਰੋ ਵੀ ਨੇ, ਉਹ ਕੀਤੀਆਂ ਨੀਗੇ ਜੇ ਤੁਸੀਂ ਚਾਹੁੰਦੇ ਹੋ, ਕਿਉਂਕਿ ਮੂਸਟੇਪ ਤਾਂ ਹੋ ਗਈ ਹੈ ਡਨ, ਹੁਣ ਸਾਰੇ ਗਾਣੇ ਹੋ ਗਏ ਮੂਸਟੇਪ ਦੀ। ਹੁਣ ਇਸ ਤੋਂ ਬਾਅਦ ਫੜਨ ਲੱਗੇ ਹਾਂ PBX1, ਠੀਕ, ਫਿਰ ਉਸ ਤੋਂ ਬਾਅਦ ਇੱਕ ਦੂਜੀ ਐਲਬਮ ਆਈ ਸੀਗੀ ਸਨਿਚ ਐਂਡ ਸਟਿਚਸ ਕਰਕੇ ਕੁਛ ਸੀ ਨਾ ਉਹ ਐਲਬਮ, ਉਹਦੇ ਗਾਣੇ ਸੁਣੇ ਨੀਗੇ, ਉਹ ਵੀ ਦੇਖਦੇ ਹਾਂ। ਤੁਸੀਂ ਜਿਵੇਂ ਕਹੋਗੇ ਆਪਾਂ ਤਾਂ ਉਵੇਂ ਕਰ ਦਾਂਗੇ ਯਾਰ, ਜਿਵੇਂ ਤੁਸੀਂ ਪਿਆਰ ਦੇਈ ਜਾਓਗੇ ਆਪਾਂ ਤਾਂ ਉਵੇਂ ਕੰਮ ਖਿੱਚੀ ਰੱਖਾਂਗੇ, ਸਹੀ ਹੈ ਕਿ ਨਹੀਂ। ਬਾਕੀ ਆਹ ਗਾਣੇ ਦੀ ਗੱਲ ਰਹੀ ਤਾਂ ਸਵਾਦ ਆ ਗਿਆ ਯਾਰ, ਬੰਦੇ ਨੇ ਕਿਹਾ ਰੈਫਰੈਂਸ ਦਿੱਤੇ ਹੈ ਨਾ, ਵੀ ਜਦੋਂ ਪਿੰਡ ਹੁੰਦੇ ਹਾਂ ਕੁੜਤਾ ਪਜਾਮਾ ਪਾ ਕੇ ਰੱਖਦੇ ਹਾਂ, ਫਿਰ ਬਾਹਰ ਹੁੰਦੇ ਹਾਂ ਉਦੋਂ ਟਰੈਕ ਸੂਟ ਹੁੰਦੇ ਆ, ਸਹੀ ਆ, 80 ਤੋਂ ਹੀ ਸਰੀ 'ਚ ਪੜਾਕੇ ਪੈਂਦੇ ਹੁੰਦੇ ਆ, ਵੀ ਇਹ ਗੱਲ ਅੱਜ ਦੀ ਨਹੀਂ ਹੈਗੀ, ਨਵੀਆਂ ਗੱਲਾਂ ਨਹੀਂ ਹੈਗੀਆਂ, ਸਹੀ ਆ। ਵੀ ਜੇ ਮੈਂ ਮੇਰੇ ਹੱਥ 'ਚ ਮਾਈਕ ਆ ਤਾਂ ਮੇਰੇ ਟੂਲ ਵੀ ਲੱਗਿਆ ਹੋਇਆ ਡੱਬ ਦੇ ਵਿੱਚ ਹੈ ਨਾ,
ਕਿੰਨੀਆਂ ਘੈਂਟ ਘੈਂਟ ਮਤਲਬ ਇੱਕ ਰੈਫਰੈਂਸ ਦਿੰਦਾ ਹਰ ਇੱਕ ਚੀਜ਼ ਇੰਜੋਏ ਕਰਨ ਵਾਲੀ ਹੈ ਜੇ ਇੰਟਰਟੇਨਮੈਂਟ ਜੇ ਅਸੀਂ ਤਾਂ ਲੈਂਦੇ ਇੰਟਰਟੇਨਮੈਂਟ ਦੇ ਤੌਰ ਤੇ ਤਾਂ ਦਾ ਪੂਰਾ ਸਵਾਦ ਵਿਦ ਮਿਊਜ਼ਿਕ ਦਾ ਹੈ ਨਾ ਜਿਹੜੇ ਕਿਡ ਨੇ ਪਿੱਛੇ ਵੀਡੀਓਸ ਕੀਤੀਆਂ ਨੇ ਵਿਜ਼ੂਅਲ ਐਡਾ ਘੈਂਟ ਬਣਾਇਆ ਨਵਕਰਨ ਬਰਾੜ ਨੇ ਬਾਈ ਸਲੂਟ ਆ ਯਾਰ ਵਾਕਈ ਆਲਵੇਸ ਕੰਮ ਘੈਂਟ ਕਰਦਾ ਨਵਕਰਨ ਬਰਾੜ ਯਾਰ ਕਿੱਡਾ ਵਿਜ਼ੂਅਲ ਆੜਦਾ ਵਾਕਈ ਚੱਬਾ ਕੱਢ ਦਿੰਦਾ ਜਮਾ ਸੀਰੀਅਸਲੀ ਮੈਨ ਸਵਾਦ ਆ ਗਿਆ ਘੈਂਟ ਗਾਣਾ ਵਾ ਗਾਣੇ ਨੂੰ ਗਾਣੇ ਤਰ੍ਹਾਂ ਸੁਣੋ ਤੇ ਸਵਾਦ ਲਓ ਬਸ ਸੀਰੀਅਸਲੀ ਮੈਨ ਦਿਲ ਖੁਸ਼ ਹੋ ਗਿਆ ਘੈਂਟ ਲਿਰਿਕਸ ਘੈਂਟ ਫੁੱਲ ਘੈਂਟ ਲਿਰਿਕਸ ਬਾਕੀ ਦੱਸਿਓ ਤੁਸੀਂ ਤੁਹਾਨੂੰ ਕਿਵੇਂ ਲੱਗਿਆ ਏਦਾਂ ਚੈਨਲ ਤੇ ਪਿਆਰ ਬਣਾਈ ਰੱਖਿਓ ਤੇ ਵੀਡੀਓ ਤੇ ਵੀ ਪਿਆਰ ਬਣਾਈ ਰੱਖਿਓ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਘੰਟੀ ਵਾਲਾ ਬਟਨ ਨਾ ਵੀ ਦੱਬਿਓ ਕੋਈ ਚੱਕਰ ਨਹੀਂ ਅਡੀਓਜ਼ ਅਮੀਗੋ।